ਭਾਜੀ ਮੈਂ ਇੱਥੇ ਬੱਸ ਸਟੈਂਡ ਬਰਿਆਨੀ ਖਾਣਾ ਆਇਆ ਸੀਗਾ ਜੀ। ਠੀਕ ਹੈ ਜੀ, ਕਿਹੜੇ ਕਿੱਥੇ? ਹਾਂਜੀ, ਕਿੱਥੇ ਬਰਿਆਨੀ ਖਾਣਾ ਆਇਆ ਜੀ? ਸ਼ਰਮਾ ਦਾ ਇੱਥੇ ਭਾਜੀ, ਸ਼ਰਮਾ ਵਾਲਿਆਂ ਦੀ। ਅੱਛਾ ਜੀ, ਠੀਕ ਹੈ ਭਾਜੀ। ਤੇ ਭਾਜੀ ਜਦੋਂ ਮੈਂ ਬਰਿਆਨੀ ਦਾ ਦੋ ਤਿੰਨ ਚਮਚੇ ਖਾਦੇ ਹੱਲੇ ਖਾਦੇ ਨੇ, ਜਦੋਂ ਮੈਂ ਚੌਥਾ ਪੰਜਵਾਂ ਖਾਣ ਲੱਗਾ ਚਮਚਾ ਤਾਂ ਭਾਜੀ ਵਿੱਚੋਂ ਕਰਲੀ ਨਿਕਲੀ ਇਹਨਾਂ ਦੇ। ਠੀਕ ਹੈ, ਤੇ ਮੈਂ ਨਾ ਮੁੰਡੇ ਨੂੰ ਕਿਹਾ, ਮੈਂ ਕਿਹਾ ਭਾਜੀ ਆ ਗਈ ਆ, ਤੇ ਭਾਜੀ ਫਟਾਫਟ ਉਹਨਾਂ ਪਲੇਟ ਚੱਕੀ ਤਾਂ ਮੈਨੂੰ ਹੱਥੋਂ ਪਾਈ ਹੋ ਪਿਆ ਭਾਜੀ। ਮੈਂ ਉਹਨੂੰ ਕਿਹਾ ਰੁਕ ਜਾ ਦੋ ਮਿੰਟ, ਤੇ ਤੂੰ ਕੱਲ੍ਹ ਸਿੱਟਦਾ ਪਿਆ ਇਹ, ਮੈਨੂੰ ਹੱਥੋਂ ਪਾਈ ਹੋ ਪਿਆ ਦਵਾ ਦਾ, ਮੈਨੂੰ ਡਸਟਬਿਨ 'ਚ ਸਿੱਟੀ ਤਾਂ ਮੈਂ ਡਸਟਬਿਨ ਭਾਈ ਉੱਥੇ ਰੁਕਵਾ ਲਿਆ। ਮੈਂ ਕਿਹਾ ਉਹਨੂੰ ਸਿੱਟੀ ਨਾ ਪਾਈ ਉਹਨਾਂ ਨੂੰ ਵਾਲਿਆਂ ਤੇ, ਫੇਰ ਗੱਲ ਕਰੀ ਮੈਂ। ਅੱਧੀ ਖਾ ਚੁੱਕਾ ਸੀਗਾ ਬਰਿਆਨੀ? ਹਾਂਜੀ ਭਾਈ, ਮੈਂ ਥੋੜ੍ਹੀ ਜਿਹੀ ਖਾ ਚੁੱਕਿਆ ਜੀ ਉੱਚੋਂ ਜੀ। ਤੇ ਮੈਨੂੰ ਕੋਈ ਇਦਾਂ ਸਰੀਰ ਨੂੰ ਲੱਗਦਾ ਨਹੀਂ ਰਿਹਾ ਕੁਝ? ਪਤਾ ਨਹੀਂ ਭਾਜੀ, ਹਾਲੇ ਮੈਂ ਤਾਂ ਹੀ ਦਾ ਘਰ ਨਹੀਂ ਗਿਆ ਭਾਜੀ ਮੈਂ ਹਾਲੇ। ਅੱਛਾ ਹਾਂਜੀ, ਜਿਲੇ ਤੂੰ ਇਹਨਾਂ ਨੂੰ ਦੱਸਿਆ ਆ ਕੇ ਦੁਕਾਨ ਵਾਲਿਆਂ ਨੂੰ ਕਿਹਾ ਕੀ, ਫੇਰ ਇਹਨਾਂ ਨੇ ਕੀ ਕਿਹਾ ਤੈਨੂੰ? ਭਾਜੀ ਮੈਨੂੰ ਹੱਥੋਂ ਪਾਈ ਹੋ ਪਿਆ ਜੀ ਇਹ, ਪਹਿਲਾਂ ਤੂੰ ਜਾ ਇੱਥੋਂ ਕਹਿੰਦਾ ਸੀਗਾ ਤੂੰ ਪੈਸੇ ਲੈਣ ਲੱਗੇ ਆ। ਮੈਂ ਕਿਹਾ ਨਹੀਂ ਪੈਸੇ ਨਹੀਂ ਮਿਲਣੇ, ਮੈਂ ਕਿਹਾ ਰੁਕ ਜਾ ਦੋ ਮਿੰਟ ਰੋਏ, ਮੈਂ ਕਿਹਾ ਤੂੰ ਬਦਤਮੀਜ਼ੀ ਮੇਰੇ ਨਾਲ ਕੀਤਾ ਕਿਤਾ ਕੀ ਕਸਟਮਰ ਮੇਰੇ? ਮੇਰੇ ਨਾਮ ਅਬਦੁਲ ਵਾਹਿਦ ਹੈ ਭਾਈ। ਹਾਂਜੀ, ਅਬਦੁਲ ਵਾਹਿਦ। ਅਬਦੁਲ ਵਾਹਿਦ, ਆ ਫਿਰ ਉਹ ਉਹਦਾ ਕਹਿਣਾ ਹੈ ਕਿਰਲੀ ਨਿਕਲੀ ਹੈ, ਇਹ ਤੋਂ ਸਾਰੇ ਜੋ ਆਪਨੇ ਬਣਾਇਆ ਹੋਗਾ ਡਰਮ ਦਾ ਡਰਮ, ਉਸਮੇ ਸਾਰੇ ਨੇ ਉਸਦਾ ਜ਼ਹਿਰ ਗੁਲ ਗਿਆ ਹੋਗਾ। ਐਸੇ ਤੋਂ ਕਿਤਨੇ ਖਾ ਕੇ ਗਏ ਹੋਗੇ ਸਵੇਰ ਸੇ ਬਰਿਆਨੀ, ਅਗਰ ਕਿਸੇ ਦੀ ਜਾਨ ਮਾਲ ਤੋਂ ਖਤਰਾ ਹੋ ਜਾਂਦਾ ਹੈ ਉਸਦਾ ਜ਼ਿੰਮੇਦਾਰ ਕੌਣ ਹੈ ਆਪ ਜੀ ਇਹ ਬਤਾਓ, ਜਵਾਬ ਦਿਓ ਜੀ। ਹਾਂਜੀ, ਹੁਣ ਆਪ ਤੋਂ ਪਤਾ ਹੈ DHO ਹੁਸ਼ਿਆਰਪੁਰ ਕੇ ਪਾਸ, ਹੁਸ਼ਿਆਰਪੁਰ ਕੇ DHO ਲਖਵੀਰ ਸਿੰਘ ਉਨਕੇ ਪਾਸ ਬਾਤ ਚੱਲ ਗਈ ਹੋਈ ਹੈ, ਉਹਨਾਂ ਨੇ ਅਭੀ ਕਾਰਵਾਈ ਕਰਨੀ ਹੈ। ਉਸ ਤੋਂ ਛੋੜੀਏ, ਆਪ ਜੀ ਬਤਾਈਏ ਕਿ ਆਪਕੀ ਸ਼ਿਫਲੀ ਨਿਕਲੀ ਹੈ, ਅਗਰ ਉਸਨੇ ਆਪਕੋ ਬਤਾਇਆ ਥਾ ਸ਼ਿਫਲੀ ਨਿਕਲੀ ਹੈ ਤੋ ਆਪਨੇ ਉਸਕੇ ਨਾਲ ਹੱਥ ਪਾਈ ਕਿਉਂ ਨਹੀਂ? ਉਸਕਾ ਕੋਈ ਕਹਿਣਾ ਹੈ ਕਿ ਹੱਥ ਪਾਈ? ਨਾ, ਹੱਥ ਪਾਈ ਨਾ, ਜੋ ਲੜਕਾ ਜੋ ਥਾ ਮੈਂ ਜੋ ਥਾ ਕਿਚਨ ਪੇ ਤਾਂ ਮੇਰੀ ਜੋ ਹੈ ਫ੍ਰੀ ਸਮਰ ਰਹੀ ਥੀ, ਫ੍ਰੀ ਤੋਂ ਥੀ। ये भाई से पूछ लो, मैं जो था फ्रिज समर बागल आया हूँ, फ्रिज समर बागल आया हूँ, वहाँ जो है फ्रिज में काम हो रहे थे, चल का आप देख ले किचन में के बंदा फ्रिज समारिया नहीं समारिया। मैं कस्टमर की आवाज़ सुनने के बाद तो